ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਅੱਜ ਆਪਾਂ ਮੂਹਰੇ ਬੈਠੇ ਹਾਂ ਜੀ ਰੱਖ ਕੇ ਲੈਪਟਾਪ। ਲੈਪਟਾਪ ਇਸ ਕਰਕੇ ਰੱਖਿਆ ਹੋਇਆ ਆਪਾਂ, ਪੋਸਟ ਨੂੰ ਜੂਮ ਕਰਕੇ ਦੇਖ ਰਹੇ ਹਾਂ ਕਿ ਪੋਸਟ ਦੇ ਵਿੱਚ ਕੀ ਖਾਸੀਅਤ ਆ। ਪੋਸਟ ਦੇ ਵਿੱਚ ਖਾਸੀਅਤ ਇਹ ਆ ਜੀ ਕਿ ਇਹਦੇ ਵਿੱਚ ਪੰਜਾਬੀ ਇੰਡਸਟਰੀ ਦੇ ਸਭ ਤੋਂ ਦੋ ਵੱਡੇ ਦਿੱਗਜ ਕਲਾਕਾਰ ਨਜ਼ਰ ਆ ਰਹੇ ਆ। ਉਹ ਕੌਣ ਆ ਜੀ? ਉਹ ਆ ਜੀ ਵਨ ਐਂਡ ਓਨਲੀ ਪਰਮੀਸ਼ ਵਰਮਾ ਜੀ ਐਂਡ ਸੋਨਮ ਬਾਜਵਾ ਜੀ। ਹਾਂਜੀ, ਸਿੰਘਮ ਫਿਲਮ ਦੇ ਵਿੱਚ ਇਹਨਾਂ ਦੋਨਾਂ ਦੀ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਗਿਆ ਸੀਗਾ ਅਤੇ ਉਹਨਾਂ ਦੀ ਮੋਸਟ ਅਵੇਟਡ ਫਿਲਮ ਜਿੰਦੇ ਮੇਰੀਏ ਦਾ ਅੱਜ ਅਫੀਸ਼ੀਅਲ ਪੋਸਟਰ ਰਿਲੀਜ਼ ਹੋ ਚੁੱਕਾ ਆ। ਤੁਸੀਂ ਵੀ ਸੋਸ਼ਲ ਮੀਡੀਆ 'ਤੇ ਚੈੱਕ ਕਰ ਸਕਦੇ ਹੋ। ਮੈਂ ਤੁਹਾਡਾ ਪੋਸਟਰ ਥੋੜ੍ਹਾ ਜਿਹਾ ਸਾਂਝਾ ਕਰਦਾ। ਪੋਸਟਰ ਦੇ ਉੱਪਰ ਲਿਖਿਆ ਜੀ ਪੰਕਜ ਬੱਤਰਾ ਫਿਲਮਸ ਐਂਡ ਓਮ ਜੀ ਸਟਾਰ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ ਨਿਊਕਲੀਅਰ ਪ੍ਰੋਡਕਸ਼ਨਸ ਪ੍ਰੀਜੈਂਟਸ ਜਿੰਦੇ ਮੇਰੀਏ। ਅਤੇ ਵਰਲਡ ਵਾਈਡ ਇਹ ਰਿਲੀਜ਼ ਹੋ ਰਹੀ ਹੈ ਜੀ ਫਿਲਮ ਲੋਹੜੀ ਤੋਂ ਕੁਛ ਦਿਨਾਂ ਬਾਅਦ, ਜਾਣੀ ਕਿ 24 ਜਨਵਰੀ 2020 ਨੂੰ। ਇਹ ਫਿਲਮ ਥੋੜ੍ਹਾ ਟਾਈਮ ਪਹਿਲਾਂ 2019 ਵਿੱਚ ਹੀ ਰਿਲੀਜ਼ ਹੋਣੀ ਸੀਗੀ, ਬਟ ਕੁਛ ਰੀਜ਼ਨਸ ਕਰਕੇ ਫਿਲਮ 2020 ਦੇ ਵਿੱਚ ਪੋਸਟਪੋਨ ਕਰ ਦਿੱਤੀ ਗਈ ਸੀ ਅਤੇ ਹੁਣ ਫਾਈਨਲੀ ਅੱਜ ਦੀ ਅਫੀਸ਼ੀਅਲ ਡੇਟ 'ਤੇ ਅਫੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜੀ। ਫਿਲਮ ਦਾ ਨਾਂ ਹੈ ਜਿੰਦੇ ਮੇਰੀਏ ਅਤੇ ਫਿਲਮ ਆ ਰਹੀ ਆ 24 ਜਨਵਰੀ 2020 ਨੂੰ। ਅਤੇ ਜੇ ਮੈਂ ਗੱਲ ਕਰਾਂ, ਇਸ ਫਿਲਮ ਨੂੰ ਡਾਇਰੈਕਟ ਕੀਤਾ ਵਨ ਐਂਡ ਓਨਲੀ ਪੰਕਜ ਬੱਤਰਾ ਜੀ ਨੇ, ਅਤੇ ਇਹਨੂੰ ਪ੍ਰੋਡਿਊਸ ਕੀਤਾ ਫਿਲਮ ਨੂੰ ਪੰਕਜ ਬੱਤਰਾ ਜੀ, ਆਸ਼ੂ ਮਨੀਸ਼ ਸਾਨੀ ਜੀ, ਅਨੀਕੇਤ ਕਵਾੜੇ ਜੀ, ਪ੍ਰੀਤ ਬੱਤਰਾ ਜੀ ਐਂਡ ਅਮਨਦੀਪ ਸਿੰਘ ਨੇ। ਅਤੇ ਜੇ ਮੈਂ ਹੋਰ ਗੱਲ ਕਰਾਂ ਤਾਂ ਇਸ ਫਿਲਮ ਦੇ ਵਿੱਚ ਜੀ ਕਾਸਟ ਦੀ ਗੱਲ ਕਰਾਂ ਤਾਂ ਸੋਨਮ ਬਾਜਵਾ ਜੀ ਐਂਡ ਪਰਮੀਸ਼ ਵਰਮਾ ਜੀ ਦੇ ਨਾਲ ਨਾਲ ਇਸ ਫਿਲਮ ਵਿੱਚ ਨਜ਼ਰ ਆਉਣਗੇ। ਹੌਬੀ ਧਾਲੀਵਾਲ ਜੀ, ਅਨੀਤਾ ਦੇਵਗਨ, ਹਰਦੀਪ ਗਿੱਲ, ਮਲਕੀਤ ਰੌਣੀ ਜੀ ਅਤੇ ਵਨ ਐਂਡ ਓਨਲੀ ਰਵਿੰਦਰ ਮੰਡ ਜੀ। ਅਤੇ ਜੇ ਮੈਂ ਹੋਰ ਗੱਲ ਕਰਾਂ ਇਸ ਫਿਲਮ ਨੂੰ ਤਾਂ ਇਸ ਫਿਲਮ ਦਾ ਸਟੋਰੀ ਐਂਡ ਸਕਰੀਨ ਪਲੇ ਕੀਤਾ ਜੀ ਪੰਕਜ ਬੱਤਰਾ ਜੀ ਨੇ, ਅਤੇ ਡਾਇਲੋਗਸ ਲਿਖੇ ਆ ਜਤਿੰਦਰ ਲਾਲ ਜੀ ਨੇ, ਅਤੇ ਡੀ ਓ ਪੀ ਆ ਵਨੀਤ ਮਲਹੋਤਰਾ, ਅਤੇ ਮਿਊਜ਼ਿਕ ਦੇਸੀ ਕਰਿਊ ਟ੍ਰੋਏ ਆਰਿਫ ਐਂਡ ਡੀ ਜੇ ਸਟਰਿੰਗਸ ਜੀ ਦਾ। ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ 24 ਜਨਵਰੀ 2020 ਨੂੰ। ਨਾਮ ਤੋਂ ਲੱਗਦਾ ਅਤੇ ਪੋਸਟਰ ਤੋਂ ਲੱਗਦਾ ਕਿ ਇੱਕ ਰੋਮੈਂਟਿਕ ਐਂਗਲ ਆ ਇਸ ਫਿਲਮ ਦੇ ਵਿੱਚ, ਇੱਕ ਰੋਮੈਂਟਿਕ ਫਿਲਮ ਆ। ਰੋਮੈਂਟਿਕ ਐਂਗਲ ਤਾਂ ਸਿੰਘਮ ਵਿੱਚ ਵੀ ਦੇਖਣ ਨੂੰ ਮਿਲਿਆ ਸੀ, ਬਟ ਉਹ ਐਕਸ਼ਨ ਫਿਲਮ ਸੀਗੀ ਅਤੇ ਇਹ ਮੈਨੂੰ ਲੱਗਦਾ ਸ਼ਾਇਦ ਇੱਕ ਆਪਾਂ ਆਈਡੀਆ ਲਾ ਸਕਦੇ ਹਾਂ ਪੋਸਟਰ ਤੋਂ ਅਤੇ ਨਾ ਤੋਂ ਕਿ ਇੱਕ ਰੋਮੈਂਟਿਕ ਫਿਲਮ ਹੋ ਸਕਦੀ ਆ। ਬਾਕੀ ਇਸ ਫਿਲਮ ਦੀ ਹੋਰ ਅਪਡੇਟ, ਟ੍ਰੇਲਰ ਜਾਂ ਜੋ ਵੀ ਸਾਡੇ ਕੋਲ ਪਹੁੰਚੂਗਾ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੀ। ਫਿਲਮ ਆ ਰਹੀ ਆ ਜਿੰਦੇ ਮੇਰੀਏ ਪਰਮੀਸ਼ ਵਰਮਾ ਜੀ ਐਂਡ ਸੋਨਮ ਬਾਜਵਾ ਜੀ ਦੀ 24 ਜਨਵਰੀ 2020 ਨੂੰ। ਇਹ ਪੰਕਜ ਬੱਤਰਾ ਫਿਲਮ ਵਰਲਡ ਵਾਈਡ ਡਿਸਟ੍ਰੀਬਿਊਟ ਬਾਏ ਓਮ ਜੀ ਸਟਾਰ ਸਟੂਡੀਓਜ਼। ਅਤੇ ਹੋ ਜਾਓ ਤਿਆਰ, ਟ੍ਰੇਲਰ ਵੀ ਆਉਣ ਵਾਲਾ ਆ, ਟੀਜ਼ਰ ਵੀ ਆਉਣ ਵਾਲਾ ਆ, ਅਤੇ ਗਾਣੇ ਵੀ ਆਉਣ ਵਾਲੇ ਆ ਜਿੰਦੇ ਮੇਰੀਏ ਦੇ। ਜਦੋਂ ਹੀ ਆਉਣਗੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਦੇਖਦੇ ਰਹੋ ਪੰਜਾਬ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਦੇ ਮੇਰੀਏ।